ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਘੋਰ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਆਪਾਂ ਚੱਲਾਂਗੇ ਸਮਰਾਲੇ। ਸਮਰਾਲੇ ਬਦਲ ਕੇ ਲਿਆਉਣੇ ਆ ਟਾਇਰ। ਇਹ ਬੰਦੇ ਨੇ ਸਮਰਾਲੇ ਉਹ ਟਾਇਰ ਮੰਗਾਏ ਸੀ ਬੱਸ 'ਤੇ, ਅਤੇ ਸਾਈਜ਼ ਆ ਗਿਆ ਛੋਟਾ ਯਾਰ, ਅਤੇ ਅਸੀਂ ਗੇੜੇ ਤੋਂ ਡਰਦੇ ਸੀ ਅਤੇ ਗੇੜੇ ਹੀ ਪੈ ਗਿਆ ਸਾਨੂੰ ਲਾਉਣਾ, ਅਤੇ ਬਾਕੀ ਆ ਬੈਠੀਆਂ ਨੇ ਸੰਗ ਦੈਣ ਕਰ। ਖੁਸ਼ੀ ਵਾਲੀ ਆ ਟਾਇਰਾਂ ਦੀ, ਕੀ ਕਰੀਏ ਭੈਣ, ਸਾਨੂੰ ਹੁਣ ਬਦਲਣੇ ਪੈਣਗੇ। ਆਹ ਪਿਆ ਟਾਇਰ, ਇਹ ਮੰਗਾਏ ਸੀ ਗਰੁੱਪ ਨੇ, ਹੁਣ ਦੇਖਦੇ ਹਾਂ ਉੱਥੇ ਚੱਲ ਕੇ ਤੁਹਾਨੂੰ ਵੀ ਦਿਖਾਉਣੇ ਆ। ਅਤੇ ਜੁੜੇ ਰਹੋ ਬਲੌਗ ਦੇ ਨਾਲ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਹਨਤ ਤੋਂ ਬਾਅਦ ਅਸੀਂ ਪਹੁੰਚ ਗਏ ਸਮਰਾਲੇ। ਛਬੀਲਾਂ ਦੇ ਖੜਦੇ ਖੁੜਦੇ ਪਹੁੰਚ ਗਏ ਸਮਰਾਲੇ ਮੇਰੀ ਵੀਡੀਓ, ਅਤੇ ਹੁਣ ਆਪਾਂ ਬਦਲ ਦੇਵਾਂਗੇ ਟਾਇਰ। ਟਾਈਮ ਬਹੁਤ ਲੱਗਦਾ, ਚਲੋ ਕੋਈ ਚੱਕਰ ਨਹੀਂ, ਟਾਇਰ ਤਾਂ ਲੈ ਕੇ ਜਾਵਾਂਗੇ ਅੱਜ। ਇਹਦਾ ਗੱਲ ਮੰਨਦਾ ਤੂੰ ਕਾਸ਼? ਬਾਬਾ ਰਾਜ, ਆਪਾਂ ਛਬੀਲ ਤਾਂ ਕੋਈ ਛੱਡੀ ਨੀ, 2.5 ਘੰਟੇ ਤਾਂ ਲੱਗਣੀ ਨੇ ਜੇ ਕੋਈ ਛਬੀਲ ਛੱਡੀ ਹੁੰਦੀ। ਹੈਗੀ ਆ ਦੁਕਾਨ, ਆਹ ਸੇ ਮੈਂ ਤੈਨੂੰ ਦੱਸਤਾ, ਮੈਨੂੰ ਪਤਾ, ਮੈਂ ਕਿਹੜਾ ਇੱਕ ਅੱਧੀ ਵਾਰ ਆਇਆ ਆ ਕੇ ਕਹਿੰਦਾ ਗਰੁੱਪ ਵਾਲੀ ਟਾਇਰਾਂ ਵਾਲੇ। ਆਪਾਂ ਆਹ ਰੱਖਤੇ ਨੇ ਇੱਥੇ ਬਾਈ ਕੋਲ, ਅਤੇ ਬਾਕੀ ਆ ਪਈਆਂ ਨੇ ਸਾਰੀਆਂ ਗੱਡੀਆਂ। ਮੁੰਡੇ ਆਹ ਦੇਖ ਰਿਹਾ ਹੁਣ ਦੋਨਾਂ 'ਚੋਂ ਕਿਹੜਾ ਜਾਜਦਾ ਤੈਨੂੰ ਇਹਨਾਂ 'ਚ ਟਾਇਰ? ਹੈਂ, ਮੈਂ ਤਾਂ ਆਹੀ ਆਹ ਟਾਇਰ ਬਾਈ ਓਕੇ ਜਮਾਂ, ਆਪਣੇ ਏਰੀਆ ਚ ਨੀ ਪਾਇਆ ਕਿਸੇ ਨੇ ਵੀ ਇਹ ਚੀਜ਼। ਹੈਵੀ ਬਹੁਤ ਵੱਖਰੇ ਟਾਇਰ, ਵੱਡਾ ਬਹੁਤ ਆ ਨਾ ਟਾਇਰ, ਸੋਹਣਾ ਲੱਗੂ ਟਾਇਰ ਦੇ। ਉਹ ਤਾਂ ਬਹੁਤ ਛੋਟੇ ਟਾਇਰ ਨੇ, ਉਹ ਤਾਂ ਇਸ ਦੇ ਹਿਸਾਬ ਨਾਲ ਤਰੀ ਬਰਾਬਰ ਟਾਇਰ ਲਈ ਉਹਨਾਂ ਦੇ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਟਾਇਰ ਛੋਟੇ ਲੱਗ ਰਿਹਾ, ਇਹਦੇ ਨਾਲ ਦਾ ਵੱਡੀ ਜੋੜੀ ਜਿਹੜੀ 70,000 ਦੀ ਆ। ਮੈਂ ਤੈਨੂੰ ਉਦਣ ਕਹੀ ਮੈਂ ਯਾਰ ਇੰਨੇ ਸਸਤੇ ਕਿਵੇਂ ਆਈ ਜਾਂਦੀ ਇਹ ਗੁੱਡੀ, ਮੈਂ ਪਤਾ ਕਰੀਏ 70,000 ਦੀ ਆ, ਲੈ ਕਿੱਡਾ ਫਰਕ ਆ, ਲੈ ਓਏ ਕਿੰਨਾ ਆਹ ਇੱਧਰ ਹੁਣ ਦੇਖ ਵੀਡੀਓ ਜਾ ਕੇ ਆਹ ਟਾਇਰ ਕਿੱਡਾ ਲੱਗਦਾ। ਪੀ ਲਓ ਪਾਣੀ, ਬਹੁਤ ਛਬੀਲਾਂ ਤੇ ਖੜੇ ਹੋ। 23 ਲੱਗੀਆਂ ਨੇ, 23 ਲੱਗੀਆਂ ਜੀ ਆਹ। ਓਕੇ ਨਾ ਟਾਇਰ, ਕੀ ਕਹਿਣਾ ਚਾਹੁੰਦੇ ਤੁਸੀਂ? ਬਸ ਆਹ ਟਾਇਰ ਓਕੇ ਆ, ਮੈਂ ਤੁਹਾਨੂੰ ਵੀਡੀਓ ਇਹਨੂੰ ਮੈਂ ਫੋਟੋ 'ਚ ਵੀ ਕਹਦਾ ਸੀ, ਮੈਂ ਆਹੀ ਟਾਇਰ ਬਸ ਲਵਾਂਗੇ ਹੁਣ ਯਾਰ, ਹੋਰ ਨਹੀਂ ਲੈਂਦੇ। ਰਿਮ ਹੈਗੇ ਕੀ ਇਹ 5 ਨਟਾਂ ਵਾਲੇ, ਅਤੇ ਆਪਾਂ ਨੂੰ ਚਾਹੀਦੇ 6 ਵਾਲੇ, 6 ਵਾਲੇ ਆਹ ਟਾਇਰਾਂ 'ਚ ਹਵਾ ਨਿਕਲੀ ਜਾਂਦੀ ਹੈ ਜੀ, ਅਤੇ ਆਹ ਰਿਮ ਮੂਵ ਕਰ ਦਿਆਂਗੇ ਆਪਾਂ। ਜਿੱਦੇ ਜਿਹਦੇ ਨੂੰ ਕਿਹਾ ਸੀ, ਜਿੱਦਨੇ ਵੀ ਆਪਾਂ ਚੱਲ ਕੇ ਜਾਣਾ ਜੇ ਉਦਣੇ ਹੀ ਲੈਣ ਆਏ ਹੁੰਦੇ, ਫਿਰ ਤਾਂ ਬੜਾ ਵਧੀਆ ਸੀਗਾ, ਤਾਂ ਵਾਧੂ ਕਿਹੜਾ ਨਾਲੇ 800 ਉਹਨਾਂ ਨੂੰ, ਨਾਲੇ 800 ਬੱਸ ਵਾਲਾ ਲੈ ਗਿਆ 50,000 ਤੇ। 6 ਨਟਾਂ ਵਾਲੇ ਫਿੱਟ ਹੋ ਗਿਆ ਇਹਨਾਂ, ਜਿਹੜੇ ਆਪਣੇ ਕਰੋਮ ਵਾਲੇ ਆ ਨਾ, ਦੂਜੀ ਗੁੱਡੀ ਵਾਲੇ ਟਾਇਰ ਰਿਮ ਕੱਢ ਕੇ ਕਰੋਮ ਵਾਲੇ ਹੀ ਪੈ ਜਾਣਗੇ, ਕੰਮ ਵਧੀਆ ਦਿਆ ਕਰਨਗੇ ਇਹ ਟਾਇਰ ਹੁਣ ਆਪਾਂ ਨੂੰ, ਬਾਕੀ ਐਂ ਨਹੀਂ ਪਤਾ ਆਪਾਂ ਕੁਛ ਉਹ ਲੈ ਲਈਏ ਜਿਹੜੇ ਫਤਿਹਗੜ੍ਹ ਸਾਹਿਬ ਨੂੰ। 70,000 ਦੀ ਜੁੜੀ ਆ ਉਹਨਾਂ ਦੀ, ਵੱਡੇ ਸਾਈਜ਼ ਇਹਦੀ ਜੁੜੀ, ਐਂ ਨਹੀਂ ਪਤਾ ਬਾਬੇ ਨੇ ਕਰਤੀ ਕਿਰਪਾ ਉਹੀ ਪਾ ਦਈਏ।
ਬਾਕੀ ਮੌਕਾ ਦੇਖਦੇ ਆ ਕੀ ਬਣਦਾ ਹੈ। ਖੁਸ਼ ਹਾਂ ਅੱਜ ਪੂਰਾ ਹੈਂ? ਖੜ ਜਾ, ਕੈਮਰਾ ਸਾਫ਼ ਕਰ ਲੈਣ ਦੇ ਮਾੜਾ ਜਿਹਾ। ਹੁਣ ਕੈਮਰਾ ਸਾਫ਼ ਹੋਇਆ, ਹੁਣ ਦੱਸ ਮਤਲਬ ਪਹਿਲੀ ਗੱਲ ਮੈਂ ਕਸਟਮਰ ਹੈਪੀ ਕਸਟਮਰ ਵੈਰੀ ਗੁੱਡ ਓਕੇ। ਹੁਣ ਜਾ ਕੇ ਮੇਰੇ ਵਾਲੇ ਲਾ ਦੇਗਾ ਟਾਇਰ, ਇਹ ਪਾਏਗਾ ਬੱਬਕ ਪਹਿਲਾਂ ਉਹਨਾਂ ਨਾਲ ਗੇੜੇ ਦੇਗਾ ਦੋ ਦਿਨ ਹਫ਼ਤਾ ਪਹਿਲਾਂ ਉਹਦੇ ਨਾਲ ਦੂੰ ਗੇੜੇ, ਪਹਿਲਾਂ ਹਫ਼ਤਾ ਉਹਨਾਂ ਨਾਲ ਗੇੜੇ, ਫਿਰ ਉਹ ਲਾ ਕੇ ਇਹ ਪਾਲੇਗਾ, ਪਿੰਡ ਵਾਲੇ ਫੂਕ ਦੇਣੇ ਆ ਸਾਰੇ। ਬਸ ਠੀਕ ਆ, ਨਾਈਸ, ਜਿਹੜੇ ਲੱਗਦੇ ਜੀ ਨੇ ਨਾ ਸਾਰਿਆਂ ਦੇ ਘਰਾਂ ਮੂਰਤੀ ਨਿਕੂਗਾ। ਬਸ ਠੀਕ, ਇੱਕ ਸਾਡੇ ਚੈੱਕ ਛੱਡ ਕੇ ਵੱਜ ਗਈ ਸਪਰੇ, ਬਾਕੀ ਮਾੜੀ ਮੋਟੀ ਲੈ ਕੇ ਇੱਧਰ ਵੀ ਬਾਈ ਮਾਰੀ ਜਾਂਦੇ ਆ ਸਪਰੇ। ਖੁਸ਼ੋ ਨਾਈਸ ਆ, ਕੱਲ ਵਾਲਾ ਟਾਇਰ ਨੂੰ ਦੇਖ ਕੇ ਮੂੰਹ ਕਿਵੇਂ ਸੀ? ਉਵੇਂ ਕੱਲ ਵਾਲਾ ਮੂੰਹ ਕਰੀ ਉੱਡਿਆ ਜਿਹਾ ਪਿਆ ਸੀ ਹੈ ਨਾ, ਕਹਿੰਦੀ ਗੱਲ ਤਾਂ ਇਹਦਾ ਮੂੰਹ ਵੀ ਕੀ ਯਾਰ, ਕੋਈ ਨਾ ਰਾਹ ਟਾਇਰ ਵੀ ਦੇਖ। ਮੈਂ ਤੈਨੂੰ ਪਹਿਲੀ ਗਈ ਮੈਂ ਜਾ ਕੇ ਲਿਆਉਣੇ ਲਿਆਉਣੇ, ਤੂੰ ਹਿੰਡ ਫੜ ਗਿਆ ਕਹਿੰਦਾ ਬੱਸ 'ਤੇ ਮੰਗਾਊ ਪਾਪਾ, ਕਹਿੰਦਾ ਨਾਲੇ ਬੱਸ ਇਹਨੂੰ 800 ਦਿੱਤਾ, ਨਾਲੇ ਅੱਜ ਨਾਲੇ ਆ ਬਾਈ ਜਿਹੜੇ ਚਾਰ ਬੰਦੇ ਆਏ ਇਹਨਾਂ ਦਾ ਖਰਚਾ ਚੱਕਣਾ ਪੂ ਗਿਆ ਵੀ ਪਾਪਾ ਜੀ ਨੇ। ਹਾਂ ਹੁਣ ਪਾਪਾ ਜੀ ਨਹੀਂ ਪਾਇਆ ਪੈਸੇ, ਦੇਖਦੇ ਹਾਂ ਅਰਜਨ ਦੀ ਲੁੱਕ ਕਿਵੇਂ ਲੱਗਦੀ ਹੈ ਟਾਇਰ ਨਾਲ। ਕਿਉਂ ਵੀ ਆ ਗਏ ਜੀ 5000 ਆ ਗਿਆ, ਵੈਰੀ ਗੁੱਡ ਗਰੁੱਪ, ਖੁਸ਼ੀ ਸਾਂਭੀ ਜਾ ਰਹੀ 5000 ਆ ਗਿਆ, ਤੋਂ ਖੁਸ਼ੀ ਕਿੱਥੇ ਸਾਂਭੀ ਜਾਣੀ ਆ। ਕਿੰਨੀਆਂ ਸਪਰੇਆਂ ਲੱਗ ਗਈਆਂ? ਚਾਰ ਤਿੰਨ ਚਾਰ ਆ ਪਈਆਂ ਨੇ, ਬਾਕੀ ਉਹ ਪਈਆਂ ਨੇ ਜਿਹੜੀਆਂ ਲੱਗੀਆਂ। ਕਿੰਨੀਆਂ ਸਪਰੇਆਂ ਲੱਗਦੀਆਂ ਨੇ? ਚਾਰ ਇਹ ਅੱਧੀਆਂ ਅੱਧੀਆਂ ਸੀ ਓਕੇ, ਮੈਂ ਵੀ ਆਖਾਂ ਮੈਂ ਨਹੀਂ 7-8 ਲਾ ਦੀਆਂ ਤੁਸੀਂ ਅੰਦਰੋਂ। ਹਾਂ ਸਹੀ ਗੱਲ ਆ ਓਕੇ, ਹੁਣ ਬਣ ਗਈ ਟਾਇਰਾਂ ਦੀ ਗੱਲ। ਆਕਾਸ਼ ਹੁਣ ਬਾਹਲੇ ਜੱਜ ਦਿਆ ਟਾਇਰ, ਹੁਣ ਬਣ ਗਈ ਗੱਲ ਵਧੀਆ, ਘੈਂਟ ਲੱਗਦੇ ਸੁੱਕ ਗਏ ਤਾਂ ਗੱਡੀ 'ਚ ਧਰਾ ਚੱਲ ਚੱਲੀਏ, ਟਾਈਮ ਬਹੁਤ ਆਪਣੇ ਕੋਲ ਖਿੱਚਵਾਂ। ਨਵੇਂ ਨਵੇਂ ਟਾਇਰ ਮਾਰ ਮਾਰ ਪੌਸ਼ ਵਾਈ ਕਰਕੇ ਕਹਿੰਦੇ ਖੜ ਜੋ ਪਰੇ ਹੋ ਕੇ, ਕਹਿੰਦੇ ਹਲੇ ਨਹੀਂ ਟਾਇਰ ਧਰਦੇ ਪਹਿਲਾਂ ਚਮਕਾ ਦਈਏ, ਬਾਕੀ ਹੁਣ ਟਾਇਰ ਚਮਕਣ ਵੀ ਲੱਗ ਗਏ ਸਾਈਡ ਆ। ਐਂ ਨਹੀਂ ਪਤਾ ਪਹਿਲਾਂ ਇਹ ਜਾ ਕੇ ਕਹੇ ਮੈਂ ਟਰੈਕਟਰ ਧੋਣਾ ਵੀ, ਟਰੈਕਟਰ ਲਿਬੜੇ ਟਾਇਰ ਵਾਲੇ ਚਮਕਦੇ ਆ, ਧੋ ਕੇ ਲਿਆਉਂਗਾ ਧੋ ਕੇ ਫਿਰ ਪਾਵੇਂ ਕਦੇ ਟਾਇਰ ਫਾਇਦਾ ਹੋਣਾ ਪੁਣ ਚੀਜ਼ ਇੱਕ ਨੰਬਰ ਮਿਲ ਗਈ ਨਾ। ਹੋਰ ਐ ਬਈ ਪਤਾ ਨੀ ਲੱਗਦਾ ਸਾਈਜ਼ ਸੂਈ ਦਾ, ਫੁੱਟਮਾ ਚ ਨਾਲੇ ਕਿੱਥੇ ਸਾਈਜ਼ਾਂ ਦਾ ਪਤਾ ਲੱਗਿਆ, ਬਸ ਇੱਕ ਉੱਪਰ ਟਿਕ ਜੂਗਾ ਪਹਿਲਾਂ ਵਾਲਿਆਂ ਵਾਂਗੂ ਹੀ ਟਿਕ ਜਾਣਗੇ। ਕਦੇ ਮਗਰ ਨੂੰ ਫਿਰੇ ਟਾਇਰ ਜਾਂ ਪੱਧਰ
ਹੌਲੀ ਚੱਲ ਪੜਾਂਗੇ ਹੁਣ ਨੀ ਮਗਰ ਹਾਂ ਬਾਕੀ ਆ ਰੋਡ ਸਾਫ਼ ਆ ਕੋਈ ਚੱਕਰ ਨੀ ਆ ਲਓ ਜੀ ਟਾਇਰ ਆਪਾਂ ਰੱਖ ਲਿਆ ਗੱਡੀ ਚ ਹੁਣ ਆਪਾਂ ਚਲੋ ਪਿੰਡ ਉੱਪਰ ਹੋਣਾ ਲੱਗ ਜੇ ਬਸ ਮਾੜਾ ਜਿਹਾ ਆ ਗਿਆ ਮਾੜਾ ਉੱਪਰ ਲੱਗ ਸਕਦੇ ਯਾਰ ਅੰਦਰ ਨੂੰ ਟਾਇਰ ਕਾਸ਼ ਖੜ ਜਾ ਦੇਖ ਕੇ ਲਾਈ ਆਹ ਲੱਗਦੀ ਹੋਣੀ ਲਾਈਟ ਜੀ ਕੇਰਾਂ ਕਰਦੇ ਸਾਡੇ ਯਾਰ ਬੈਠ ਹੁਣ ਲਾ ਦੇ ਬਸ ਲੱਗ ਗਈ ਪਿੱਛੇ ਨੂੰ ਖਿੱਚਦੇ ਟਾਇਰ ਉਹ ਤੋਂ ਨਾ ਪਿੱਛੇ ਨੂੰ ਕਰਵਾ ਦੇ ਕਾਸ਼ ਟਾਇਰ ਪੇਮੈਂਟ 5,000 ਘਟਦੇ ਸੀ ਉਹ ਬਾਈ ਨੂੰ ਆਪਾਂ ਹੁਣ ਦਿੰਦੇ ਹਾਂ ਅਤੇ ਇਸ ਤੋਂ ਬਾਅਦ ਚੱਲਦੇ ਹਾਂ ਬਾਕੀ ਔਨਲਾਈਨ ਖਰਚੇ ਸੀ ਪਹਿਲਾਂ 35,000 40 ਦੇ ਮਿਲੇ ਆ ਇਹ ਆਪਾਂ ਨੂੰ ਪਾਲੀ ਟਾਇਰਸ ਦੇ ਸਮਰਾਲਿਓ ਮੇਰੇ ਵੀਰੇ ਉਹ ਸਮਰਾਲਿਓ ਆ ਜਾ ਕਾਹ ਚੱਲੀਏ ਪੈਸੇ ਦੇ ਕੇ ਬਾਈ ਨੂੰ ਟਾਇਰ ਸੈੱਟ ਕਰ ਲੈਣ ਦੇ ਮੁੰਡਿਆਂ ਨੂੰ ਹਲੇ ਮਗਰਲੇ ਬੰਦੇ ਡਰਦੇ ਆ ਕਹਿੰਦੇ ਸਿਰ 'ਚ ਨਾ ਵੱਜੇ ਟਾਇਰ ਆ ਕੇ ਆਓ ਚੱਲੀਏ ਬਾਕੀ ਭਾਈ ਟਾਇਰ ਕੁਛ ਵੀ ਗੱਡੀ ਲੈਣੀ ਹੋਵੇ ਲਾਏ ਵੀਲ ਮੋਟਰਸਾਈਕਲਾਂ ਦੇ ਲਾਏ ਵੀਲ ਕਿਉਂ ਕਾਸ਼ ਕੁਛ ਵੀ ਪ੍ਰਮੋਸ਼ਨ ਕਰਤੀ ਪੇਮੈਂਟ ਅਤੇ ਬਾਕੀ ਥੋੜ੍ਹਾ ਜਿਹਾ ਬਾਈ ਨੇ ਲੈਸ ਵੀ ਕਰ ਲਿਆ ਕੋਈ ਚੱਕਰ ਨਹੀਂ ਗਾ ਮੈਂ ਬਾਈ ਨੂੰ ਕਿਹਾ ਵੀ ਇੰਨੇ ਸਾਡੀ ਭਕਾਈ ਵੀ ਹੋ ਗਈ ਕਿਉਂ ਵੀ ਮੈਂ ਬਾਈ ਨੂੰ ਲੈਸ ਤਾਂ ਕਰ ਇੰਨੇ ਕੁ ਸਾਡਾ ਫਾਇਦਾ ਤਾਂ ਕਰ ਭਕਾਈ ਵੀ ਹੋ ਗਈ ਸਾਡੀ ਏ ਸੀ ਛੱਡ ਦੇ ਕਾਸ਼ ਫੁੱਲ ਬਾਈ ਬਣ ਲਾਈਟ ਬੰਦ ਕਰਨ ਵਾਲੀ ਟਾਕੀ ਖੁੱਲੀ ਛੱਡਤਾ ਬਾਕੀ ਆਪਾਂ ਬਾਈ ਆਪਾਂ ਹੌਲੀ ਵਾਲੀ ਆ ਅਸੀਂ ਕਿਹੜੇ ਲੋਟ 120, 130, 120, 130 ਐਵਰੇਜ ਲੈਣ ਵਾਲੇ ਲੱਛਣ ਥੋੜੀ ਸੀ ਫੇਰ ਹੀ ਟਾਈਮ ਨਾਲ ਆ ਗਏ ਨਹੀਂ ਤਾਂ ਆਏ ਖੜੇ ਸੀ ਚਲੋ ਕਰ ਹੁਣ ਆਪਾਂ ਚੱਲਦੇ ਆ ਪੈਣ ਦੇ ਉੱਤੇ ਖੜੇ ਰਹੀ ਆਪਾਂ ਕਿ ਕਿਤੋਂ ਦਾਲ ਦਾ ਕੀ ਕਹਿਣਾ ਚਾਹਣਾ ਤੂੰ ਹੁਣ ਵਾਹ ਮੈਨੂੰ ਆਇਆ ਜੀ ਮੈਂ ਕਹਿੰਦੇ ਚਲੇ ਮਕੇਸ਼ ਵਰਗੇ ਸੱਦੇ ਹੋਏ ਜੀ ਉਹ ਸਿੱਧੀ ਦਾ ਆ ਚੱਕੋ ਜੀ ਕਰ ਮੈਂ ਬੈਕ ਕਰਨ ਲੱਗ ਗਿਆ ਸੀ ਕੌਣ ਹੈ ਤੂੰ ਸਿੱਧੀ ਦਾ ਚਲੋੜੀ ਰਹੀ ਉਹਦੀ ਗੇਟਾਂ ਹੀ ਤਾਂ ਵੱਜੂ ਬੈਕ ਕਿੱਥੇ ਲਾ ਲੇਗਾ ਤੂੰ ਆ ਪੱਗਾ ਕਰਤਾ ਆ ਕਰਤਾ ਪੱਗਾ ਓਏ ਭੂਆ ਕੇ ਗੇਟਾਂ ਨੇ ਕੋਈ ਨਹੀਂ ਕੁੱਟਿਆ ਇਹਨੂੰ ਬੇਇੱਜ਼ਤੀ ਕਰਾਤੀ ਭੂਆ ਕੇ ਚੱਲ ਕੋਈ ਨਾ ਕਿਹੜਾ ਸਾਈਕਲ ਚਲਾਉਣ ਵਾਲਿਆ ਇਹ ਹੈ ਬਰਾੜ ਆਜੋ ਯਾਰ ਆਜੋ ਜੱਸੇ ਬੈਠ ਯਾਰ ਚੱਲੀਏ ਹੱਥੀ ਗਰਾਦੀ ਤਿਆਰ ਕਰਦੇ ਯਾਰ 200+ ਵਾਲੀ ਤੇ ਉਹ ਥੋੜੀ ਗਰਾਦੀ ਦੇ ਚੱਕਰ ਵੱਧ ਪੈ ਗਏ ਭੈਣ ਹੀ ਪਈ ਉਹ ਭੱਜ ਲਈ ਬਾਂਹ ਤੇ ਚੜ ਗਈ ਤੇ ਬਾਕੀ ਸੋਹਣਾ ਲੀਕਾ ਹੋ ਖੜਾ ਥੋੜ ਆ ਖੜਾ ਮਿਸਤਰੀ ਆਠੀ ਕਰਾਈ ਬਰਾੜ ਕੀ ਕਹਿਣਾ ਚਾਹੁੰਦਾ ਤੂੰ ਜੁਰੇ ਕਿਵੇਂ ਆ ਕਿਵੇਂ ਵਾਪਰੇ ਕਹਾਣੀ ਯਾਰ ਹੈਂ ਵਾਪਰ ਜਾਂਦੀਆਂ ਨੇ ਕਹਾਣੀਆਂ ਕੀ ਕਰੀਏ ਯਾਰ ਗਲਤ ਗੱਲ ਆ ਮੈਂ ਅੱਛਾ ਮੈਂ ਹੁਣ ਮੈਂ ਗੱਲ ਦੱਸੀ